ਹਾਈ ਫਰੈਂਡਸ ਵੈਲਕਮ ਕਰਦੀ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਇੱਕ ਡਿਪਾਰਟਮੈਂਟ ਦੀਆਂ ਵੈਕੈਂਸੀਜ਼ ਹੈ ਜਿਹੜੀਆਂ ਉਹ ਆਊਟ ਕਰ ਦਿੱਤੀਆਂ ਗਈਆਂ ਕਿਹੜੇ ਡਿਪਾਰਟਮੈਂਟ ਦੀਆਂ ਇਹ ਵੈਕੈਂਸੀਜ਼ ਨੂੰ ਆਊਟ ਕੀਤਾ ਗਿਆ ਔਰ ਕਿਵੇਂ ਤੁਸੀਂ ਇਹਦੇ ਵਾਸਤੇ ਅਪਲਾਈ ਕਰਨਾ ਹੈ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੀ ਵੀਡੀਓ ਨੂੰ ਕੰਪਲੀਟ ਜ਼ਰੂਰ ਵੇਖਿਓ ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਆਫੀਸ਼ੀਅਲ ਨੋਟੀਫਿਕੇਸ਼ਨ ਪੀਡੀਐਫ ਦੇ ਨਾਲ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਇਹਨਾਂ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਦੋ ਤੋਂ ਤਿੰਨ ਨੋਟੀਫਿਕੇਸ਼ਨ ਹੋਰ ਰਿਲੀਜ਼ ਕਰ ਦਿੱਤੇ ਗਿਆ ਜਿਵੇਂ ਕਿ ਪੀ ਟ੍ਰਿਪਲ ਐਸ ਵੀ ਡਿਪਾਰਟਮੈਂਟ ਦੇ ਵੱਲੋਂ ਤੁਹਾਨੂੰ ਪਤਾ ਹੈ 1699 ਪਲੱਸ ਵੈਕੈਂਸੀਸ ਨੂੰ ਆਊਟ ਕੀਤਾ ਗਿਆ ਹੈ ਬਾਕੀ 2 ਤੋਂ 3 ਨੋਟੀਫਿਕੇਸ਼ਨ ਕੋਰਟ ਦੇ ਆਏ ਹੋਏ ਆ ਇਸ ਤੋਂ ਇਲਾਵਾ 2 ਨੋਟੀਫਿਕੇਸ਼ਨ ਲੋਕਲ ਗਵਰਨਮੈਂਟ ਦੇ ਆਏ ਆ ਇਸ ਤੋਂ ਬਾਅਦ ਉਹੀ ਵੀਡੀਓਜ਼ ਆ ਰਹੀਆਂ ਆ ਬਿਲਕੁਲ ਫਰੈਸ਼ ਨੋਟੀਫਿਕੇਸ਼ਨ ਆਏ ਹੋਏ ਆ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿਹੜੇ ਦੋ ਨਵੇਂ ਨੋਟੀਫਿਕੇਸ਼ਨ ਆਏ ਹੋਏ ਨੇ ਤੇ ਪਹਿਲੀ ਵਾਰੀ ਜੇ ਤੁਸੀਂ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਇਸੇ ਤਰ੍ਹਾਂ ਚਾਹੁੰਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਐਨਾ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਬਾਕੀ ਦੱਸਣਾ ਚਾਹਾਂਗੇ ਇਸ ਰਿਕਰੂਟਮੈਂਟ ਤੋਂ ਇਲਾਵਾ ਜਿਹੜੇ ਸੈਂਟਰ ਦੀ ਵੈਕੈਂਸੀਸ ਆਈਆਂ ਸਾਡੀ ਆਫੀਸ਼ੀਅਲ ਸਾਈਟ ਤੇ ਜਾ ਕੇ ਤੁਸੀਂ ਚੈ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਗਿਆ ਹੈ ਉੱਥੇ ਵਿਜ਼ਿਟ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਆ ਬਾਕੀ ਪੰਜਾਬ ਦੇ ਕਿਸੇ ਵੀ ਜੋਬ ਦੀ ਤੁਸੀਂ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਪੀਡੀਐਫ ਫਾਰਮੈਟ ਦੇ ਵਿੱਚ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰ ਦਿੱਤਾ ਗਿਆ ਹੈ ਜਿਹਦੇ ਵਿੱਚੋਂ ਅਲੱਗ-ਅਲੱਗ ਸਬਜੈਕਟਿਵ ਪੀਡੀਐਫ ਤੁਹਾਨੂੰ ਮਿਲ ਜਾਏਗੀ ਕਾਫੀ ਸਾਰੇ ਕੈਂਡੀਡੇਟ ਦੇ ਫੀਡਬੈਕ ਆਏ ਹੋਏ ਨੇ ਉਹਨਾਂ ਨੂੰ ਬਹੁਤ ਕੁਐਸਚਨਸ ਉਹਦੇ ਵਿੱਚੋਂ ਆਏ ਆ ਪੀਡੀਐਫ ਬਹੁਤ ਜ਼ਿਆਦਾ ਵੈਲਿਊਏਬਲ ਹੈ ਅਗਰ ਤੁਸੀਂ ਪੰਜਾਬ ਲੈਵਲ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਬੈਸਟ ਪੀਡੀਐਫ ਹੈ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਆ ਉਹਦੇ ਨਾਲ ਨਾਲ ਇੰਡੀਅਨ ਪੋਲੀਟੀ ਇੰਡੀਅਨ ਜੀਕੇ ਦੇ ਜਿਹੜੇ ਕੁਐਸਚਨਸ ਇਗਜ਼ਾਮਸ ਦੇ ਵਿੱਚ ਮੋਸਟਲੀ ਪੁੱਛੇ ਜਾ ਰਹੇ ਨੇ ਉਹ ਸਾਰੇ ਉਹਦੇ ਵਿੱਚ ਇਨਕਲੂਡ ਕਰ ਦਿੱਤੇ ਗਏ ਆ ਉਹ ਵੀ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਫਿਲਹਾਲ ਆਪਾਂ ਗੱਲ ਕਰਦੇ ਪਏ ਆ ਪੰਜਾਬ ਦੇ ਵਿੱਚ ਆਈ ਹੋਈ ਨਵੇਂ ਰਿਕਰੂਟਮੈਂਟ ਦੇ ਬਾਰੇ ਜਿਹਦੇ ਵਿੱਚ 33000 ਪਰ ਮੰ ਆਪਾਂ ਚੱਲਦੇ ਆਂ ਆਪਣੇ ਨੋਟੀਫਿਕੇਸ਼ਨ ਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਕਿਵੇਂ ਅਪਲਾਈ ਕਰਨਾ ਹੈ ਤੁਸੀਂ ਦੇਖ ਸਕਦੇ ਆਂ ਆਪਾਂ ਨੋਟੀਫਿਕੇਸ਼ਨ ਦੇ ਉੱਤੇ ਆ ਚੁੱਕੇ ਆਂ ਇਹਦੇ ਵਾਸਤੇ ਤੁਹਾਡੀ ਨਾ ਵਾਕ ਇਨ ਇੰਟਰਵਿਊ ਹੋਣੀ ਹੈ ਜਿਹੜੀ 1 ਫਰਵਰੀ 2021 ਨੂੰ ਸੋਮਵਾਰ ਨੂੰ ਹੋਣੀ ਹੈ ਸਵੇਰੇ ਰਿਪੋਰਟਿੰਗ ਟਾਈਮ ਤੁਹਾਡਾ 11 ਵਜੇ ਆ 11 ਵਜੇ ਤੁਸੀਂ ਪਹੁੰਚਣਾ ਹੈ ਆਪਾਂ ਨੈਕਸਟ ਗੱਲ ਕਰਾਂਗੇ ਕਿ ਕਿਹੜੀ ਕਿਹੜੀ ਪੋਸਟ ਹੈ ਔਰ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਤੇ ਇਹਦੇ ਵਾਸਤੇ ਤੁਸੀਂ ਅਪਲਾਈ ਕਿੱਦਾਂ ਕਰਨਾ ਤੁਸੀਂ ਆਪਣਾ ਸੀਵੀ ਬਣਾਣਾ ਹੈ ਤੇ ਆਪਣੇ ਰਿਕੁਆਇਰਡ ਡਾਕੂਮੈਂਟ ਦੇ ਨਾਲ ਇਹਨਾਂ ਨੂੰ ਮੇਲ ਕਰ ਦੇਣੀ ਹੈ 기ਵ ਠੀਕ ਹੈ ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਕਿਹੜੀ ਕਿਹੜੀ ਪੋਸਟਾਂ ਆਊਟ ਕੀਤੀਆਂ ਗਈਆਂ ਹਨ ਸਭ ਤੋਂ ਪਹਿਲਾਂ ਇਹਦੇ ਵਿੱਚ ਦੱਸਦੇ ਆ ਕਿ ਤੁਹਾਨੂੰ ਕਿ ਇਹਦੇ ਵਿੱਚ ਜਿਹੜੀ ਸੈਲਰੀ ਕਿੰਨੀ ਰਹਿਣ ਵਾਲੀ ਹੈ 33480 ਪਰ ਮੰਥ ਤੁਹਾਨੂੰ ਸੈਲਰੀ ਰਹਿਣ ਵਾਲੀ ਹੈ ਸੈਲਰੀ ਬਹੁਤ ਹੀ ਵਧੀਆ ਹੈ ਜੇ ਤੁਸੀਂ ਐਲੀਜੀਬਲ ਹੈ ਜੌਬ ਲੋਕੇਸ਼ਨ ਵੀ ਪੰਜਾਬ ਦੇ ਲਈ ਹੀ ਹੈ ਪੰਜਾਬ ਤੋਂ ਤੁਸੀਂ ਬਿਲੋਂਗ ਕਰਦੇ ਹੋ ਤਾਂ ਅਪਲਾਈ ਤੁਸੀਂ ਜ਼ਰੂਰ ਕਰ ਲੈਣਾ ਜੇਕਰ ਤੁਸੀਂ ਐਲੀਜੀਬਲ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿਹੜੀ ਪੋਸਟ ਵਾਸਤੇ ਇਹ ਜਿਹੜਾ ਨੋਟੀਫਿਕੇਸ਼ਨ ਆਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਔਰ ਤੁਸੀਂ ਜਿਹੜਾ ਸੀਵੀ ਆਪਣਾ ਬਣਾ ਕੇ ਭੇਜਣਾ ਹੈ ਨਾ ਔਰ ਪਹਿਲਾਂ ਤੁਸੀਂ ਪਲੇਨ ਪੇਪਰ ਤੇ ਇਹਨਾਂ ਨੇ ਮੈਂਸ਼ਨ ਕੀਤਾ ਹੈ ਪਲੇਨ ਪੇਪਰ ਤੇ ਤੁਸੀਂ ਆਪਣੇ ਆਪਣੇ ਰਿਕੁਆਇਰਡ ਡਾਕੂਮੈਂਟ ਪਹਿਲਾਂ ਆਪਣੇ ਅਟੈਚ ਕਰਨੇ ਆ ਰੈਜ਼ਿਊਮਸ ਆਪਣਾ ਨਾਲ ਅਟੈਚ ਕਰਨਾ ਹੈ ਲੇਕਿਨ ਪਲੇਨ ਪੇਪਰ ਤੇ ਵੀ ਤੁਸੀਂ ਆਪਣੀ ਰਿਕੁਆਇਰਡ ਡਿਟੇਲਸ ਖੁਦ ਜਿਹੜੀਆਂ ਉਹ ਮੈਂਸ਼ਨ ਕਰਨੀਆਂ ਆ। ਜੂਨੀਅਰ ਰਿਸਰਚ ਫੈਲੋ ਦੀ ਇਹ ਪੋਸਟ ਆਊਟ ਕੀਤੀ ਗਈ ਹੈ। ਇੱਕ ਪੋਸਟ ਵਾਸਤੇ ਇਹ ਨੋਟੀਫਿਕੇਸ਼ਨ ਆਇਆ ਹੋਇਆ ਹੈ ਜਿਹੜਾ ਕਿ ਐਮ ਆਰ ਐਸ ਪੀਟੀ ਯੂ ਨੇ ਆਊਟ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਆਊਟ ਕੀਤਾ ਹੈ ਤੇ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਹੈ। ਸੈਲਰੀ ਮੈਂ ਤਾਂ 올ਰੀਡੀ ਦੱਸ ਹੀ ਦਿੱਤੀ ਹੈ। ਜੇਕਰ ਤੁਸੀਂ ਐਲੀਜੀਬਲ ਹੈ ਅਪਲਾਈ ਜ਼ਰੂਰ ਕਰ ਲਿਓ। ਕੁਆਲਿਫਿਕੇਸ਼ਨ ਦੀ ਆਪਾਂ ਜੀ ਗੱਲ ਕਰੀਏ। ਇਹਦੇ ਵਿੱਚ ਕੁਆਲਿਫਿਕੇਸ਼ਨ 55% ਮਾਰਕਸ ਆ ਤੁਸੀਂ ਇਸ ਵੈਕੈਂਸੀਸ ਵਾਸਤੇ ਅਪਲਾਈ ਕਰ ਸਕਦੇ ਆ ਜਾਂ ਉਹਦੇ ਇਕੁਅਲ ਤੁਹਾਡੇ ਕੋਈ ਗ੍ਰੇਡ ਹੈ ਗਿਆ ਤਾਂ ਤੁਸੀਂ ਐਲੀਜੀਬਲ ਹੈ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਇਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਕੈਂਡੀਡੇਟ ਹੈ ਉਹਨਾਂ ਨੇ UGC NET ਜਾਂ ਫਿਰ GATE ਜਿਹੜਾ ਕੁਆਲੀਫਾਈ ਕੀਤਾ ਹੈ ਤਾਂ ਉਹ ਕੈਂਡੀਡੇਟ ਸਾਰੇ ਇੱਥੇ ਅਪਲਾਈ ਕਰ ਸਕਦੇ ਨੇ ਤੇ ਮਹਾਰਾਜਾ ਯੂਨੀਵਰਸਿਟੀ ਦੀ ਜਿਹੜੀ ਵੈਬਸਾਈਟ ਹੈ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਉੱਥੇ ਤੁਸੀਂ ਵੈਬਸਾਈਟ ਤੇ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਪੜ ਕੇ ਫਿਰ ਇਹਨਾਂ ਨੂੰ ਆਪਣੇ ਰਿਕੁਆਇਰਡ ਡਾਕੂਮੈਂਟਸ ਸੈਂਡ ਕਰ ਦੇਣੇ ਆ ਇੱਕ ਤਰੀਕ ਨੂੰ ਤੁਸੀਂ ਇਹਨਾਂ ਦੇ ਇੰਟਰਵਿਊ ਤੇ ਪਹੁੰਚਣ ਆਇਆ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ